ਦੋਸਤੋ, ਸਿੱਧੂ ਮੂਸੇਵਾਲ ਦਾ ਨਵਾਂ ਗਾਣਾ ਆਉਣ ਦੀ ਖੁਸ਼ੀ ਸਾਰਿਆਂ ਨੂੰ ਆ। ਜਲਦ ਹੀ ਨਵਾਂ ਗਾਣਾ ਦੇਖਣ ਨੂੰ ਮਿਲੇਗਾ ਕਿਉਂਕਿ ਸ਼ੂਟ ਡਨ ਹੋ ਚੁੱਕਿਆ ਹੈ ਅਤੇ ਬਸ ਹੁਣ ਗਾਣੇ ਰਿਲੀਜ਼ ਦੀ ਤਿਆਰੀ ਚੱਲ ਰਹੀ ਹੈ। ਮਿਊਜ਼ਿਕ ਪ੍ਰੋਡਿਊਸਰਾਂ ਨੇ ਵੀ ਖੁਲਾਸਾ ਕੀਤਾ ਆ ਵੀ ਅਟੈਚ ਸੂਨ। ਅਤੇ ਹੁਣ ਇੱਕ ਹੋਰ ਖੁਸ਼ਖਬਰੀ ਆ ਜੋ ਕਿ ਅਟੈਚ ਗਾਣੇ ਤੋਂ ਪਹਿਲਾਂ ਸਿੱਧੂ ਮੂਸੇਵਾਲ ਦੇ ਫੈਨਸ ਲਈ ਆਈ ਆ। ਖੁਸ਼ਖਬਰੀ ਇਹ ਆ ਦੋਸਤੋ, ਸਿੱਧੂ ਮੂਸੇਵਾਲ ਦੇ 25 ਮਿਲੀਅਨ ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਨੇ। ਫਸਟ ਐਵਰ ਇੰਡੀਅਨ ਆਰਟਿਸਟ ਜਿਸਦੇ 25 ਮਿਲੀਅਨ ਸਬਸਕ੍ਰਾਈਬਰ ਹੋਏ ਨੇ। ਜਿਹੜੇ ਸਟੋਰੀਆਂ ਝੂਠੀ ਪਾਉਂਦੇ ਨੇ, ਫਸਟ ਇਹ ਕਰਦਾ ਫਸਟ ਉਹ ਕਰਤਾ ਸਾਡੇ ਆਰਟਿਸਟ ਨੇ, ਉਹਨਾਂ ਲਈ ਸਿਰਫ ਇੱਕੋ ਜਵਾਬ ਆ, ਫਸਟ ਤਾਂ ਇਹੀ ਰਹੂਗਾ। ਬਾਕੀ ਤੁਹਾਡੇ ਆਪਣੇ ਆਪ ਬਣਾਉਣ ਨਾਲ ਇਤਿਹਾਸ ਨਹੀਂ ਬਦਲਦਾ, ਨਾ ਹੀ ਲੋਕ ਬੇਵਕੂਫ ਬਣਦੇ। ਸਾਰਿਆਂ ਨੂੰ ਪਤਾ ਵੀ ਫਸਟ ਕਿਹਨੇ ਕਿਹੜੇ ਕਾਰਨਾਮੇ ਕੀਤੇ ਆ। ਫਸਟ ਡਿਜੀਟਲ ਆਰਟਿਸਟ ਇੰਡੀਆ ਦਾ ਸਿੱਧੂ ਆ 2022 'ਚ ਆਇਆ ਸੀ 21ਵੇਂ ਨੰਬਰ 'ਤੇ, ਅਤੇ ਫਸਟ ਟੋਪ 50 ਗਲੋਬਲ ਸੌਂਗਸ ਦੇ ਵਿੱਚ ਵੀ ਸਿੱਧੂ ਦਾ ਸੌਂਗ ਆਇਆ ਸੀ 2022 ਦੇ ਵਿੱਚ। ਸੋ ਸਿਆਣੇ ਲੋਕ ਵੀ ਨੇ, ਸਾਰਿਆਂ ਨੂੰ ਪਤਾ ਗੂਗਲ 'ਤੇ ਸਾਰਾ ਕੁਝ ਮਿਲਦਾ ਆ। ਤੁਹਾਡੀ ਅਫਵਾਹਾਂ ਫੈਲਾਉਣ ਨਾਲ ਕੁਝ ਨਹੀਂ ਹੋਣਾ, ਸਿੱਧੂ ਫਸਟ ਸੀ ਅਤੇ ਫਸਟ ਰਹੇਗਾ। ਬਾਕੀ ਡਿਸਕ੍ਰਿਪਸ਼ਨ ਫਸਟ ਕਮੈਂਟ ਦੇ ਵਿੱਚ ਵੀਡੀਓ ਦਾ ਲਿੰਕ ਆ, ਉਸਨੂੰ ਵੀ ਜ਼ਰੂਰ ਦੇਖਿਓ। ਧੰਨਵਾਦ।